ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 2.6 ਅਭਿਆਸ ਕਰਦੇ ਪਏ ਹਾਂ। ਪਹਿਲੇ ਸਵਾਲ ਦੇ ਵਿੱਚ ਬੇਟਾ ਆਪਾਂ ਕਰ ਲਿਆ ਚੰਗੀ ਤਰ੍ਹਾਂ ਦੇ ਨਾਲ ਵੀ ਅਨੁਪਾਤ ਕਿਸ ਤਰ੍ਹਾਂ ਲਾਉਣਾ। ਹੁਣ ਅਗਲਾ ਸਵਾਲ ਧਿਆਨ ਨਾਲ ਪੜ੍ਹੋ ਤਾਂ ਕਹਿੰਦਾ ਇੱਕ ਬਕਸੇ ਵਿੱਚ 12 ਟਾਈਲਾਂ ਆਉਂਦੀਆਂ, ਇਸ ਤਰ੍ਹਾਂ ਦੇ 4,590 ਬਕਸਿਆਂ ਵਿੱਚ ਕਿੰਨੀਆਂ ਟਾਈਲਾਂ ਆਉਣਗੀਆਂ? ਠੀਕ ਹੈ, ਤਾਂ ਬੇਟਾ ਫਿਰ ਆਪਾਂ ਇੱਥੇ ਦੂਜੇ ਸਵਾਲ ਦੇ ਵਿੱਚ ਫਿਰ ਅਨੁਪਾਤ ਹੀ ਲਾਵਾਂਗੇ। ਦੋ ਚੀਜ਼ਾਂ ਆ, ਬਕਸੇ ਅਤੇ ਟਾਈਲਾਂ। ਠੀਕ ਹੈ, ਬਕਸੇ ਟਾਈਲਾਂ। ਜਦੋਂ ਬੇਟਾ ਇਸ ਤਰ੍ਹਾਂ ਦਾ ਸਵਾਲ ਆ ਜਾਏ, ਕਿਉਂਕਿ ਆਪਾਂ ਨਵੋਦਿਆ ਦਾ ਪੇਪਰ ਕਲੀਅਰ ਕਰਨਾ ਆ, ਤਾਂ ਤੁਸੀਂ ਇਹੀ ਅਨੁਪਾਤ ਹੀ ਲਾ ਲੈਣਾ ਸਿੱਧਾ ਹੀ, ਕੁਛ ਲਿਖਣ ਦੀ ਲੋੜ ਨਹੀਂ। ਠੀਕ ਹੈ, ਬਕਸੇ ਟਾਈਲਾਂ। ਠੀਕ ਹੈ, ਇੱਕ ਬਕਸੇ ਵਿੱਚ 12 ਟਾਈਲਾਂ, ਬਕਸਿਆਂ ਦੀ ਗਿਣਤੀ ਇੱਕ, ਟਾਈਲਾਂ ਕਿੰਨੀਆਂ ਆਉਂਦੀਆਂ? 12, ਅਤੇ ਇਸ ਤਰ੍ਹਾਂ ਦੇ 4,590 ਬਕਸੇ, 4,000 ਬਕਸਿਆਂ ਦੀ ਗਿਣਤੀ ਕਿੰਨੀ ਹੋ ਗਈ? 590, ਅਤੇ ਟਾਈਲਾਂ ਦੀ ਸੰਖਿਆ ਅਸੀਂ ਐਕਸ ਮੰਨ ਲਵਾਂਗੇ। ਠੀਕ ਹੈ ਬੇਟਾ, ਹੁਣ ਫਿਰ ਉਸੇ ਤਰ੍ਹਾਂ ਹੀ ਪਹਿਲਾ ਗੁਣਾ ਚੌਥਾ ਅਤੇ ਦੂਜਾ ਗੁਣਾ ਤੀਜਾ ਬਰਾਬਰ ਕਰ ਦੇਣੇ। ਪਹਿਲੇ ਗੁਣਾ ਚੌਥੀ ਟਰਮ ਬਰਾਬਰ ਏ ਦੂਜੀ ਗੁਣਾ ਤੀਜੀ ਟਰਮ, ਇਹ ਚੇਤੇ ਰੱਖਣਾ ਬੇਟਾ ਸਮਾਨ ਅਨੁਪਾਤ 'ਚ। ਜਦੋਂ ਬੇਟਾ ਬਕਸੇ ਵਧਣਗੇ ਤਾਂ ਟਾਈਲਾਂ ਵੀ ਵਧਣਗੀਆਂ ਨਾ, ਇੱਕ ਚੀਜ਼ ਵੱਧਦੀ ਆ ਦੂਜੀ ਵੀ ਵੱਧਦੀ ਆ, ਤਾਂ ਬਸ ਇਹੀ ਕੰਸੈਪਟ ਲੈ ਕੇ ਚੱਲਣਾ। ਹੌਲੀ ਹੌਲੀ ਅਭਿਆਸ ਕਰੋਗੇ ਤੁਹਾਨੂੰ ਇਹ ਗੱਲਾਂ ਕਲੀਅਰ ਹੁੰਦੀਆਂ ਜਾਣਗੀਆਂ। ਠੀਕ ਹੈ ਬੇਟਾ, ਤਾਂ ਇੱਕ ਗੁਣਾ ਐਕਸ, ਇੱਕ ਐਕਸ ਬਰਾਬਰ ਏ 12 ਗੁਣਾ 4,590, ਤਾਂ ਬੇਟਾ ਐਕਸ ਬਰਾਬਰ ਏ, ਤੁਸੀਂ ਕੀ ਕਰਨਾ ਆ, ਇਹਨੂੰ ਗੁਣਾ ਕਰ ਲਓ। ਗੁਣਾ ਮੈਂ ਤੁਹਾਨੂੰ ਦੱਸਿਆ ਸੀ 25 ਤੱਕ ਪਹਾੜੇ ਆਉਣੇ ਚਾਹੀਦੇ ਆ, ਫਿਰ ਤੁਸੀਂ ਮੂੰਹ ਜਵਾਨੀ ਇਹਨੂੰ ਗੁਣਾ ਕਰੋ। 12,000, 12×9=108 ਹਾਸਲ 10 ਆ ਗਏ ਬੇਟਾ, 12×5=60 ਅਤੇ 10×70, 17 ਦੀ 0 ਲੱਗ ਗਈ, ਹਾਸਲ ਅਗਲੀ ਵਾਰੀ 7 ਆ ਗਏ, 12×6=48 ਅਤੇ 7×55 ਇਹ ਆ ਗਿਆ ਬੇਟਾ 55,080 ਟਾਈਲਾਂ ਜਿਹੜੀਆਂ ਉੱਤਰ ਆ ਗਈਆਂ। ਠੀਕ ਠੀਕ ਹੈ, 4,590 ਬਕਸਿਆਂ ਵਿੱਚ 55,080 ਟਾਈਲਾਂ ਆਉਣਗੀਆਂ, ਇਹ ਸਵਾਲ ਦਾ ਉੱਤਰ ਆ ਗਿਆ। ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਸਵਾਲ ਨੰਬਰ 3 ਕਰਦੇ ਹਾਂ। ਸਵਾਲ ਨੰਬਰ 3 ਦੇ ਵਿੱਚ ਕੀ ਕਹਿੰਦਾ ਪਿਆ, 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ 98 ਨਾਲ ਗੁਣਾ ਕਰੋ। ਤਾਂ ਬੇਟਾ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੁਹਾਨੂੰ ਪਤਾ ਇਹ ਕਿਹਦੇ ਨਾਲ, 3 ਬਿੰਦੀਆਂ ਹੋ ਗਈਆਂ, 1, 2 ਅਤੇ 3 ਬਿੰਦੀਆਂ। ਠੀਕ ਹੈ, 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋ ਗਈ, ਇਹਨੂੰ ਬੇਟਾ ਆਪਾਂ 98 ਨਾਲ ਜਦੋਂ ਗੁਣਾ ਕਰਾਂਗੇ, ਤਾਂ ਬੇਟਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਦੋਂ ਏਕੇ ਨਾਲ ਬਿੰਦੀਆਂ ਨਾਲ ਗੁਣਾ ਕਰਦੇ ਹਾਂ ਤਾਂ ਜਿੰਨੀਆਂ ਬਿੰਦੀਆਂ ਏਕੇ ਨਾਲ ਹੁੰਦੀਆਂ ਉਹ ਨਾਲ ਦੀ ਰਕਮ ਦੇ ਮੂਹਰੇ ਅਸੀਂ ਲਿਖ ਦਿੰਦੇ ਹਾਂ ਅਤੇ ਗੁਣਾ ਹੋ ਜਾਂਦੀ ਹੈ, ਤਾਂ ਇਹ 98 ਦੇ ਨਾਲ 3 ਬਿੰਦੀਆਂ ਆ ਗਈਆਂ, ਇਹ ਸਾਡਾ ਉੱਤਰ ਆ ਗਿਆ। ਠੀਕ ਹੈ ਬੇਟਾ, ਇਹ ਸੀਗਾ ਸਵਾਲ ਨੰਬਰ 3। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।